ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਡੇਰਾ ਬਾਬਾ ਦੁੱਧਾਧਾਰੀ ਬਾਬਾ ਬਸਾਊ ਪ੍ਰਬੰਧਕ ਕਮੇਟੀ ਪਿੰਡ ਰੂਪਵਾਲ ਵੱਲੋਂ ਗ੍ਰਾਮ ਪੰਚਾਇਤ NRI ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 22ਵਾਂ ਸ਼ਾਨਦਾਰ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਭਰ ਦੀਆਂ ਨਾਮੀ ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਰੂਪਵਾਲ ਅਤੇ ਬਿਲਗਾ ਦੀ ਟੀਮ ਦਰਮਿਆਨ ਖੇਡਿਆ ਗਿਆ, ਜਿਸ ਵਿੱਚੋਂ ਬਿਲਗਾ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ 11,000 ਰੁਪਏ ਦਾ ਪਹਿਲਾ ਇਨਾਮ ਤਲਜੀਤ ਸਿੰਘ ਢੇਸੀ, ਉਪਜੇਤੂ ਟੀਮ ਨੂੰ 7,100 ਰੁਪਏ ਦਾ ਦੂਜਾ ਇਨਾਮ ਗੁਰਦੀਪ ਸਿੰਘ ਢੇਸੀ ਵੱਲੋਂ ਦਿੱਤਾ ਗਿਆ। ਟੂਰਨਾਮੈਂਟ ਦੌਰਾਨ ਸਰਪੰਚ ਸੁਰਿੰਦਰ ਸਿੰਘ ਸਰਾਣਾ, ਮਨਵੀਰ ਸਿੰਘ ਭੋਗਲ, ਮੋਹਨ ਸਿੰਘ ਢੇਸੀ, ਗੁਰਪ੍ਰੀਤ ਸਿੰਘ ਢੇਸੀ, ਜੱਸਾ ਸਿੰਘ ਭੋਗਲ, ਜਸਵੰਤ ਸਿੰਘ ਸਰਾਣਾ, ਜੀਤਾ ਸਰਾਣਾ, ਕੇਵਲ ਸਿੰਘ ਸਰਾਣਾ, ਕਿਰਨ ਮੈਮੀ, ਦੀਪਾ ਸੀਰਾ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਬਲਦੇਵ ਸਿੰਘ ਭੋਗਲ ਵੱਲੋਂ ਸ਼ੀਲਡਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਸਾਬਕਾ ਸਰਪੰਚ ਤਲਜੀਤ ਸਿੰਘ ਢੇਸੀ, ਗੁਰਦੀਪ ਸਿੰਘ ਢੇਸੀ, ਸਰਪੰਚ ਸੁਰਿੰਦਰ ਸਿੰਘ ਸਰਾਣਾ, ਅਜੇ ਕੁਮਾਰ, ਰਿੱਕੀ ਕੈਲਾਸ਼, ਗੁਲਸ਼ਨ ਬੱਲੂ, ਰਿਤੇਸ਼, ਨਿਤਿਨ, ਜਸ਼ਨ, ਕਰਨ, ਗੁਰਵੀਰ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ ਅਤੇ ਪਿੰਡ ਵਾਸੀ ਮੌਜੂਦ ਸਨ। ਧੰਨ ਧੰਨ ਬਾਬਾ ਬਸਾਊ ਜੀ ਦੀ ਯਾਦ ਵਿੱਚ 22ਵਾਂ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਬਹੁਤ ਵਧੀਆ ਟੂਰਨਾਮੈਂਟ ਕਰਵਾਇਆ ਗਿਆ, ਨਾਈਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ NRI ਵੀਰ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਬਹੁਤ ਵਧੀਆ ਸਹਿਯੋਗ ਦਿੱਤਾ ਗਿਆ ਅਤੇ ਪਹਿਲਾ ਇਨਾਮ ਤਲਜੀਤ ਸਿੰਘ ਢੇਸੀ ਜਿਨ੍ਹਾਂ ਵੱਲੋਂ 11,000 ਰੁਪਏ ਦਿੱਤਾ ਗਿਆ ਅਤੇ ਦੂਜਾ ਇਨਾਮ ਗੁਰਦੀਪ ਸਿੰਘ ਢੇਸੀ ਜਿਨ੍ਹਾਂ ਵੱਲੋਂ 7,100 ਰੁਪਏ ਦਿੱਤਾ ਗਿਆ। ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਲਦੇਵ ਸਿੰਘ ਭੋਗਲ ਵੱਲੋਂ ਸ਼ੀਲਡਾਂ ਦੀ ਸੇਵਾ ਕੀਤੀ ਗਈ। ਅਸੀਂ ਸਾਰੇ ਹੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਸਰਪੰਚ ਸੁਰਿੰਦਰ ਸਿੰਘ ਸੁਰਾਣਾ ਅਤੇ ਸਮੂਹ ਬਾਬਾ ਤੋਂ ਪ੍ਰਬੰਧਕ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਸੁਸਾਇਟੀ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਅਤੇ NRI ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਦੀ ਬਦੌਲਤ ਇੱਕ ਵਧੀਆ ਟੂਰਨਾਮੈਂਟ ਕਰਵਾਇਆ ਗਿਆ। ਅਸੀਂ ਉਮੀਦ ਕਰਦੇ ਹਾਂ, ਆਸ ਕਰਦੇ ਹਾਂ ਕਿ NRI ਵੀਰ ਅਤੇ ਸਮੂਹ ਨਿਵਾਸੀ ਪਿੰਡ ਦੇ ਜਿੰਨੇ ਵੀ ਆ ਬੱਚਿਆਂ ਨੂੰ ਵਧੀਆ ਸਹਿਯੋਗ ਦੇਣਗੇ ਅਤੇ ਅਗਲੇ ਸਾਲ ਵੀ ਵਧੀਆ ਟੂਰਨਾਮੈਂਟ ਕਰਵਾਇਆ ਜਾਊਗਾ, ਜੋ ਕਿ ਅਸੀਂ ਇਹ ਸਾਡਾ ਇੱਕੋ ਹੀ ਟੀਚਾ ਆ ਕਿ ਬੱਚਿਆਂ ਨੂੰ ਇੱਕ ਵਧੀਆ ਰਾਹ 'ਤੇ ਲਗਾਇਆ ਜਾਵੇ, ਵੱਧ ਤੋਂ ਵੱਧ ਉਹਨਾਂ ਨੂੰ ਖੇਡਾਂ ਵਿੱਚ, ਪੜ੍ਹਾਈ ਵਿੱਚ ਵਧੀਆ ਸਹਿਯੋਗ ਦਿੱਤਾ ਜਾਵੇ ਅਤੇ ਤਾਂ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।